یہ تھے سید وجود صابر بے صاحب، اور اب میں گزارش کروں گا سید الذاکرین سید صادق حسین چھیڑائی صاحب سے کہ وہ زیر ممبر ہوں۔ ابھی مجلس کے دوران ایک موبائل گرا ہے، جن صاحب کو ملے وہ مہربانی کر کے ممبر پہ پہنچا دیں۔ بانیان مجلس کے تکمیل مقاصد کے ساتھ بلند سلام مرحومین دے درجات دی بلندی دی خاطر بلند سلامات امام زمانہ پاک دی آمد دی خاطر کوشش کرو مل کے بلند سلامات نعرہ تکبیر نعرہ رسالت ہاتھ بلند کر کے بلند آواز نعرہ حیدری یا علی علیہ السلام۔ اسی طرح سکونی بلند صلوات پڑھو، میں نوکری شروع کر دوں۔ اللہ صلی اللہ علیہ وسلم اجازت ہے میں نوکری شروع کر دوں، التماس ہے۔ ماشاء اللہ God.
ਚੰਗੀ ਤਰ੍ਹਾਂ ਆਉਂਦਾ ਹੋਵੇ। ਮੈਂ ਦੱਸਾਂ ਮੈਂ ਥੱਕ ਪਿਆ ਹੋਸ ਇਵੇਂ ਪਿਆ ਲੱਗਦਾ ਮਜਲਿਸ ਹੋਣੀ ਸ਼ੁਰੂ ਪਈ ਹੁੰਦੀ ਹੈ। ਦੂਰ ਦੀ ਪਰਨੀਆਂ ਭੈਣ ਹੋਵੇ ਪਤਾ ਲੱਗ ਵੰਜੋ ਫਿਰਾ ਮਰ ਗਿਆ ਹੱਥ ਦੀ ਰੱਖੀ ਹੋਈ ਸ਼ੈਨ ਸਲਬਦੇ ਉਦਾਂ ਹੀ ਤੁਰ ਪਾਉਂਦੀ ਹੈ ਜਦੇ ਪੇਕੇ ਸ਼ਹਿਰ ਪੇਕੇ ਸ਼ਹਿਰ ਆਉਂਦੀ ਹੈ ਵੇਦੀ ਹੈ ਘਰ ਦੇ ਦਰਵਾਜ਼ੇ ਬੰਦ ਨਜ਼ਰ ਆਉਂਦੇ ਪਤਾ ਲੱਗਦਾ ਫਿਰਾ ਦਾ ਜਨਾਜ਼ਾ ਕਬਰਿਸਤਾਨ ਤੁਰ ਗਿਆ ਸਿੱਧੀ ਕਬਰਿਸਤਾਨ ਤੁਰ ਵੈਂਦੀ ਹੈ ਜਦੋਂ ਲੋਕ ਵੇਦੇ ਨਾ ਦਿਨ ਹੱਟ ਵੰਜੋ ਰਾਹ ਦਿਓ ਜਨਾਜ਼ੇ ਦੀ ਵਾਰਸ ਆ ਗਈ ਹੈ ਰੋਂਦੇ ਹੀ ਮਰਹਬਾ ਬੰਦ ਲਿਖ ਦਿਨ ਜਦੋਂ ਪਲਟ ਕੇ ਦਿਨ ਕੌਣ ਹੈ ਹੁਸੈਨ ਦੀ ਮਾਂ ਹੈ
ਰੋਂਦੀ ਆਉਂਦੀ ਹੈ, ਤੁਰਦੀ ਆਉਂਦੀ ਅਲੀ ਹਜ਼ਰਤ ਦੀ ਮੁਹੰਮਦ ਦੀ ਦੋ ਜੋ ਆ ਗਿਆ ਸੀ ਦੀ ਸ਼ਫਾਤ ਵਾਸਤੇ ਕਿਉਂ ਆਇਆ ਮੇਰੀ ਸਹਿਣਾ ਦੀ ਯਾ ਅਲੀ ਇਸ ਮੂਮਿਨ ਦੇ ਮੇਰੇ ਤੇ ਵੱਡੇ ਅਹਿਸਾਨ ਓਏ ਮਿੱਟੀਆਂ ਤੇ ਬਹਿ ਕੇ ਮੇਰੇ ਗਰੀਬ ਹੁਸੈਨ ਨੂੰ ਲੈ ਜਿੱਥੇ ਪਤਾ ਲੱਗਾ ਮੇਰੇ ਹੁਸੈਨ ਦੀ ਮਜਲਿਸ ਦੇ ਆਪਣੀ ਪਰਵਾਨਿਸ਼ ਕੀਤੀ ਜਾਨ ਦੀ ਪਰਵਾਨਿਸ਼ ਕੀਤੀ ਧੀਆਂ ਭੈਣਾਂ ਨਾਲ ਲਾ ਕੇ ਟੁਰ ਪਿਆ ਮੁਸਲਮਾਨ ਕਿਉਂਕਿ ਇਹ ਮਜਲਿਸ ਪੂਰੀ ਦੁਨੀਆ ਸੁਣੀ ਜਾ ਰਹੀ ਹੈ ਮੁਸਲਮਾਨ ਕਦੀ ਤਾਂ ਪੁੱਛਿਆ ਧੀਆਂ ਭੈਣਾਂ ਨਾਲ ਲਾ ਕੇ ਇਹ ਗੈਰਤ ਮੰਦ ਕੌਮ ਮਿੱਟੀਆਂ ਤੇ ਬਹਿ ਕੇ ਰੋਂਦੀ ਕਿਉਂ ਹੈ ਪੀਰ ਮਾਲੀ ਸ਼ਾਹ ਬੰਦੇ ਧੀਆਂ ਉੱਥੇ ਖਿਨਵੈਂਦੇ ਜਿੱਥੋਂ ਨਿਕਲਦੀ ਨਾ ਹੋਵੇ ਹਰ ਜਾ ਦੇ ਤਾਂ ਬੰਦੇ ਧੀਆਂ ਨਹੀਂ ਨਾ ਖਿਨਵੈਂਦੇ ਪੁੱਛੇ ਤਾਂ ਹਾਂ ਇਹ ਗੈਰਤ ਮੰਦ ਕੌਮ ਧੀਆਂ ਭੈਣਾਂ ਨਾਲ ਲਾ ਕੇ ਮਿੱਟੀਆਂ ਤੇ ਬਹਿ ਕੇ ਰੋਂਦੀ ਕਿਉਂ ਹੈ ਔਰ ਯਕੀਨ ਕਰਾਏ ਸੰਨ 47 ਕੋ ਲੈ ਕੇ ਅੱਜ ਤੱਕ 1,35,000 ਸ਼ੀਆ ਸ਼ਹੀਦ ਕੀਤਾ ਗਿਆ ਜਿਸ ਜੁਰਮ ਸ਼ਹੀਦ ਕੀਤਾ ਗਿਆ ਸਾਰਾ ਜ਼ਮਾਨਾ ਜਾਣਦਾ ਹੈ ਮੁਸਲਮਾਨ ਆਜ਼ਾਦਾਰ ਜੀ ਨਾ ਕਮੀ ਆਈ ਹੈ ਨਾ ਆਵਣੀ ਹੈ ਅਲੀ ਦੀ ਆਲੀਆ ਧੀ ਦੀ ਹਸਰਤ ਹੈ ਪੁੱਛੇ ਤਾਂ ਹਾ ਇਹ ਗੈਰਤਮੰਦ ਕੌਮ ਮਿੱਟੀਆਂ ਤੇ ਬਹਿ ਕੇ ਰੋਂਦੀ ਕਿਉਂ ਹੈ ਮੁਸਲਮਾਨ ਤੂੰ ਪੁੱਛਿਆ ਅਸਾਂ ਦੱਸ ਗਿਆ ਰੋਂਦੇ ਹੀ ਵਸਦਿਆਂ ਪੂਰੀ ਜ਼ਿੰਦਗੀ ਅਜ ਧੀਆਂ ਪੇਕਿਆਂ ਕੋਲ ਕੋਈ ਸ਼ੈ ਮੰਗਣ ਨਾ ਮੰਗਣ ਦੋ ਮੌਕਿਆਂ ਤੇ ਦੋ ਚੀਜ਼ਾਂ ਜ਼ਰੂਰ ਮੰਗਦੀਆਂ ਈਦ ਆਵੇ ਧੀ ਈਦ ਮੰਗਦੀ ਹੈ ਜਿਹੜੇ ਚਿੱਟੀਆਂ ਦਾੜੀਆਂ ਵਾਲੇ ਬਜ਼ੁਰਗ ਵੱਡੀਆਂ ਗਵਾਹੀ ਦੇ ਸੋ ਈਦ ਆਵੇ ਧੀ ਈਦ ਮੰਗਦੀ ਹੈ ਮੌਤ ਆਵੇ ਧੀ ਕਫਰ ਮੰਗਦੀ ਹੈ ਕਿ ਗੁਰਬਾ ਸੁਣਾਵਾ ਅਲੀ ਦੀਆਂ ਧੀਆਂ ਦੀ ਈਦ ਆਈ ਬਾਬਾ ਮਾਰਿਆ ਗਿਆ ਮੌਤ ਆਈ ਕਫਨ ਦੀ ਵਾਰੀ ਆਈ ਬੇਕਾ ਰਿਹਾ ਕੋਈ ਨਾ ਵੈਰ ਕਰ ਗਿਆ ਕਿਆ ਬਾਬਾ ਵਾ ਮਰਹਬਾ 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 ਭਲਾ ਹੋਏ ਭਲਾ ਹੋਏ ਜ਼ਿੰਦਗੀ ਨਰਾਜ਼ ਹੋਏ ਈਦ ਆਈ ਬਾਬਾ ਮਾਰਿਆ ਗਿਆ ਮੌਤ ਆਈ ਕਫਨ ਦੀ ਵਾਰੀ ਆਈ ਬੇਕਾ ਰਿਹਾ ਕੋਈ ਨਾ ਇੰਤਜ਼ਾਰ ਖਤਮ ਭਾਈ ਹਰ ਅਗਮਸ ਪਈ ਹੈ ਇਸ ਦਾ ਨਾਂ ਇਬਾਦਤ ਹੈ ਅੱਛਾ ਸਾਦਾਤ ਗੈਰ ਸਾਦਾਤ ਅੱਧ ਰਾਤ ਦਾ ਵੇਲਾ ਇੱਕ ਦੁਆ ਮੰਗਦਾ ਆਮੀਨ ਆਖਸੋ ਮੇਰੇ ਹਿੱਸੇ ਦੀ ਇਬਾਦਤ ਹੋਵੇ ਸੀ ਸਾਰੇ ਅਜ਼ਾਦਾਰ ਮਿੰਨਤ ਪੇ ਕਰੇ ਨਾ ਹਰ ਦੁਆ ਦੇ ਬੁਲੰਦ ਕਰੋ ਤੇ ਦੁਆ ਮੰਗੋ ਕਹਿ ਪੁੱਤਰ ਦੇ ਨਾਲ ਮਾਂ ਕੈਦ ਨਾ ਹੋਵੇ ਕਹਿ ਪੁੱਤਰ ਦੇ ਨਾਲ ਮਾਂ ਕੈਦ ਨਾ ਹੋਵੇ ਕਹਿ ਭਰਾ ਨਾਲ ਭੈਣਾ ਕੈਦ ਨਾ ਹੋਵੇ ਬਾਕਰ ਦਾ ਬਾਬਾ ਤੇਰਾ ਆਪਣਾ ਹੌਸਲਾ ਸੱਜੇ ਵੇਥੇ ਮਾਂ ਕੜੀਆਂ ਪਾਈ ਖੜੀ ਹੈ ਜੇ ਖੱਬੇ ਵੇਦੇ ਹੁਸੈਨ ਦੀ ਜ਼ਖਮੀ ਕੰਨਾਂ ਵਾਲੀ ਧੀ ਸਕੀਨਾ ਇੱਕ ਮਰਹਬਾ ਮਰਹਬਾ ਅੱਲਾ ਮਾਤਮ ਕਬੂਲ ਫਰਮਾਵੇ ਭੈਣਾਂ ਨੂੰ ਨਸੀਬ ਹੋਵੇ ਹੁਸੈਨ ਦੀ ਜ਼ਖਮੀ ਕੰਨਾਂ ਵਾਲੀ ਧੀ ਸਕੀਨਾ ਇੱਕ ਪੈਰ ਚੈਂਦੀ ਰੱਖਦੀ ਹੈ ਦੂਆ ਚੈਂਦੀ ਰੱਖਦੀ ਹੈ ਅੱਜ ਸਜਾਦ ਬੇਰਾ ਮੇਰੇ ਪੈਰਾਂ ਤੇ ਵਰਾ ਮਾਰ ਮੈਂ ਡਾਢੀ ਥੱਕ ਪਈ ਹਾਂ ਮੇਰਾ ਬਿਮਾਰ ਬੇਰਾ ਆ ਗਈ ਹੈ ਉੱਥੇ ਜਿੱਥੇ ਆਵਣ ਦੇ ਲੈ ਕੇ ਲਾਈ ਮੁਕਹਿੰਦਾ ਪਿਆ ਹੋ ਗਈ ਮੇਰੇ ਹਿੱਸੇ ਦੇ ਬਾਦ ਬਾਨੀ ਹੋਣ ਦੀ ਹੈਸੀਅਤ ਦੇ ਨਾਲ ਮਸਾਹਿਬ ਦੀ ਮੁਕਤਸਰ ਜੀ ਨੌਕਰੀ ਆ ਗਈ ਹੈ ਉੱਥੇ ਜਿੱਥੇ ਆਵਣ ਦੇ ਲੈ ਕੇ ਲਾਈ ਮੇਰੇ ਲਫ਼ਜ਼ ਨਹੀਂ ਬਾਬੇ ਫਰਮੈਂਦੇ ਰਹਿੰਦੇ ਹਨ ਯਕੀਨਨ ਦਰਜਾਤ ਬੁਲੰਦ ਮੇਰੇ ਬਾਬਾ ਮਰਹੂਮ ਵਾਰੇ ਖਿਆਲ ਮੁਹੰਮਦ ਬਾਬਾ ਨਾਸਰ ਹੁਸੈਨ ਸ਼ਾਹ ਫਰਮੈਂਦੇ ਰਹਿੰਦੇ ਹਨ ਆ ਗਈ ਹੈ ਉੱਥੇ ਜਿੱਥੇ ਆਵਣ ਦੇ ਲੈ ਕੇ ਲਾਈ ਕਾਤਿਲ ਇਨਾਮਤ ਤੋਂ ਪਰ ਉਸ ਦਿਨ ਮਕਤੂਲਾਂ ਦੀਆਂ ਧੀਆਂ ਤੇ ਭੈਣਾਂ ਚੁੱਪ ਕਰਕੇ ਮਕਤੂਲਾਂ ਦੀਆਂ ਧੀਆਂ ਤੇ ਭੈਣਾਂ ਚੁੱਪ ਕਰਕੇ ਇੱਕ ਦੀਵਾਰ ਨਾਲ ਖੜੀਆਂ ਤਖਤ ਬਹਿ ਕੇ ਸ਼ਰਾਬ ਪੀ ਕੇ ਆਦਾ ਬੈਠੇ ਮੈਂ ਬਾਗੀ ਮਰਾਇਆ ਇਹ ਗੱਲ ਕੀਤੀ ਇਸ ਅਲੀ ਦੀ ਧੀਆ ਦੀ ਅੰਮਾ ਫਿਜ਼ਾ ਹੁਣ ਪਿੱਛਾ ਹਟੋ ਪੂਰੇ ਮੁਲਕ ਦਾ ਮਜਮਾ ਸਹੀਦਾਂ ਦੀ ਦਾਈ ਹੈ ਸਾਡੀ ਤਾਂ ਸਹਿਣ ਹੈ ਨਾ ਆਦੀ ਹੈ ਦੀ ਅਲੀ ਦੀ ਕਿਵੇਂ ਆਦੀ ਹੈ ਪਿੱਛੇ ਹਟਵਾਂ ਕਿਵੇਂ ਹੱਟਾਂ ਸਾਹਮਣੇ ਲੋਕ ਸ਼ਰਾਬ ਪੈ ਪੀ ਬੀਬੀ ਆਦੀ ਸੁਣਦੀ ਪਈ ਆਦਾ ਬੈਠਾ ਮੈਂ ਬਾਗੀ ਮਰਾਇਆ ਇਹੋ ਗੱਲ ਦੱਸਣ ਤਾਂ ਮੈਂ ਸ਼ਾਮ ਆਈਆਂ ਨਹੀਂ ਤਾਂ ਮੈਂ ਜ਼ੈਨਬ ਕੋ ਜਾ ਸ਼ਰਾਬੀ ਦਾ ਦਰਬਾਰ ਕੋ ਜਾ ਖੁਤਬਾ ਸੁਣਾਵਾਂ ਅਲੀ ਦੀ ਧੀ ਦਾ ਜਿਸ ਖੁਤਬੇ ਨਾਲ ਸ਼ਾਮ ਫਤਹ ਕੀਤੀ ਆਏ ਇਹ ਜਿਹੜਾ 72 ਜਨਾਜ਼ਾ ਤੁਹਾਡੇ ਸਾਹਮਣੇ ਆ ਸੀ ਸਵੇਰ ਦੇ ਟਾਈਮ ਇਸ 72 ਜਨਾਜ਼ੇ ਨੂੰ ਬਚਾਉਣ ਵਾਲੀ ਅਲੀ ਦੀ ਧੀ ਹੈ ਇਸ 72 ਸ਼ਹੀਦ ਦੇ ਮਿਹਨਤ ਬਚਾਉਣ ਵਾਲਾ ਅਲੀ ਦੀ ਧੀ ਦਾ ਫਕਤ ਇੱਕ ਖੁਤਬਾ ਹੈ ਜਿਹੜਾ ਸ਼ਾਮ ਦੇ ਦਰਬਾਰ ਹੀ ਦਿੱਤਾ ਸੀ ਅਤੇ ਜਿਹੜਾ ਖੁਤਬਾ ਮੈਂ ਮਿੰਬਰ ਹੁਸੈਨ ਤੇ ਸੁਣਵੈਂਦਾ ਪਿਆ ਜਦੋਂ ਆਖਿਆ ਸੀ ਨਾ ਮੈਂ ਬਾਗੀ ਮਰਾਇਆ ਬੀਬੀ ਆਦੀ ਉਹ ਗੱਲ ਵੱਧ ਕਰ ਜਿਹੜੀ ਪਹਿਲੇ ਕੀਤੀ ਆਵੀ ਆਦਾ ਮੈਂ ਬਾਗੀ ਮਰਾਇਆ ਬਾਬੇ ਅਲੀ ਦੇ ਲਹਿਜੇ 'ਚ ਖੁਤਬਾ ਸ਼ੁਰੂ ਕੀਤਾ ਸੀ
بابے دے لہجے چ خطبہ کیوں شروع کیتا؟ زمانے والن دا ساتھ چھوڑے، اللہ ساڈے لہجے دا وی پردہ رکھے۔ بی بی ادی اوہ گل وت کر جڑی پہلے کیتی ہے، آدھا میں باغی مرا خطبہ شروع کیتا سا، او دربار والےو ہم ملکاں دے سفیرو سن دے پیو، تخت بہ کے شراب پی کے آدھا بیٹھے میں باقی مرایا، اس کو لئے کچھ پوچھ کے دیو جدہ کلمہ پڑھ دے ہو ادھا نام ہے یا میں زینب دا نام؟ اپنے نبی دیاں 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 چادر لہا کے شراب پی کے آدھا بیٹھے میں باقی مرایا۔ تاریخ آدھی علی دی دید خطبہ بلند ہویا دربار جا، حل چل بچی ہے سفیرہ کرسیاں چھوڑ دیتی ہیں، روم دے سفیر اگا ود کے آدھے کمینہ دھوکھا دیتے ہی، کیڑا دھوکھا توں تا آدھا میں باقی مرایا، اے تا اپنے نبی دا گھر برباد ہے، تو کیو جی مسلمان ہے، ساڈا نبی عیسیٰ اون دا گھوڑا گھوڑے دے سوم ہر روے تو خود مدار، ساڈا نبی عیسیٰ اون دا گھوڑا گھوڑے دے سوم اسا غلاف وچ لپیٹ کے گرج وچ رکھے ہوئے، اسا عبادت قربتن بن کے سوم چمدے ہاں، تیرا کیسا دین ہے تیرے سامنے تیرے نبی دیاں دیاں یا کھڑیا، تو شراب پہ نبی نے چھوٹی بچی آدھی کھڑیا بیٹھے پیرا تے مارا دیر نہ کرو اذان شروع کرو، مؤذن اگر حیا کر اذان دا تے وقت ہی نہیں ہویا، آدھے بھاوے وقت نہیں، چاچا سائی انہیں جد وی حق چھپاون دی کوشش کیتی ہے اذان نال کیتی ہے، آدھے بھاوے وقت کوئی نہیں اذان شروع کرو، تسا اذان شروع کرے سو علی دی دی خاموش ہو ویسی، میری محنت بچ ویسی، اے ہاشمی کریں دن اذان دے ترم قربان ونیا کیویں پڑھا تے کیویں برداشت کرے سو، شام دے دربار اذان شروع ہوئی ہے، آواز آئی ہے اللہ اکبر، میڈا امام آدھے تیری کبریائی واسطے رت بدر ہونا، آواز آئی ہے اشہاد اللہ الہ الا اللہ، بی بی آدھی ہے تیری شہادت واسطے چادر اٹھائی دیا قربان ونجا، آواز آئی ہے اشہاد اللہ محمد رسول اللہ، آدھی نانا مبارک ہوئی دربار چ مر ونجا، ہن رو یا نہ رو تیری اپنی قسمت، آدھا نہ علی نہ علی دے کوئی پتر، علی دی وڈی دھی زینب، او شرابی دا دربار، شانی زخمی ہے جد انگار آئے، دی اگا واد کیا دیے بابا جنتے کمار ہے، او کو پتہ
ਦਾ ਕੋਈ ਨਾ ਤੂੰ ਅਲੀ ਦਾ ਸਾਹਬੀ ਏ ਆਦੇ ਮੇਰੀ ਨੀ ਗੱਲ ਬਾਤ ਕਰੇ ਹੁਣ ਜੀਵਨ ਦਾ ਫਾਇਦਾ ਕੋਈ ਨਹੀਂ ਆਦੇ ਤਲਵਾਰ ਮੈਂ ਕੋ ਦੇ ਮੇਰੇ ਬਾਜ਼ੂ ਚੋਂ ਲੱਭ ਕੇ ਸ਼ਰਾਬੀ ਦੇ ਦਰਬਾਰ ਖੇਲਵਾਰ ਆਦੇ ਬਾਬਾ ਮੈਂ ਜ਼ੈਨਬ ਦੀ ਕਲੀਨਾ ਸ਼ਰਾਬੀ ਦਾ ਦਰਬਾਰ ਆਦੇ ਨਾ ਫਰੋਲ ਮੈਂ ਕਰਵਾ ਦਰਬਾਰ ਚ ਜ਼ੈਨਬ ਆਈ ਖੜੀਏ ਖੇਲ ਨਾ ਭਰ ਨਾਲੇ ਉਹਦਾ ਬੁਰਕਾ ਕੋਈ ਕੋਸ਼ਿਸ਼ ਕਰੋ ਕੋਸ਼ਿਸ਼ ਕਰੋ ਜਿਹੜੇ ਅਜਾ ਵੀ ਇੰਤਜ਼ਾਰ ਜੀ ਜੀ ਨੌਕਰ ਅੰਦਰ ਬਾਰ ਚ ਜ਼ੈਨਬ ਸ਼ਰਾਬੀ ਦੇ ਦਰਬਾਰ ਖੇਲਾਈ ਆਦੀ ਬਾਬਾ ਅਜੀਬ ਰੰਗ ਦੇ ਕੈਦੀ ਨੇ ਕਈਓ ਜੇ ਕੈਦੀਏ ਕਮਰ ਛੁਕੀ ਹੋਈਏ ਚਾਚਾ ਹੁਸੈਨ ਦਾ ਪੁੱਤਰ ਸਜਾਦਾ ਸਜਾਦ ਨਾਮ ਆਇਆ ਆਦੇ ਕਿਵੇਂ ਮੰਨਾ ਅਤੋਂ ਤਤਰੇ ਵੀ ਸਾਲਾਂ ਦਾ ਕਰੀਅਰ ਜਵਾਨ ਆਵੇ ਆਦੇ ਅੱਲਾ ਦੇ ਨਾਂ ਤੇ ਦੱਸਾ ਦਹਾੜੀ ਚਿੱਟੀ ਕਿਉਂ ਹੋ ਗਈ ਆਈ ਕਮਰ ਕਿਉਂ ਝੁਕ ਗਈ ਆਈ ਆਦੇ ਚਾਚਾ ਕਿਉਂ ਦੱਸਾ ਵਾ ਮੈਡੀਆ ਅਕਬਰ ਕਮਾਰ ਕਰੋੜ ਗਿਆ ਮੈਡਾ ਠੀਕ ਜਮਾ ਨਤਬਾ ਮਨ ਗਿਆ ਵੀਰਾ ਕਮਰ ਦੇ ਜ਼ੋਰੋਂ ਦੇ ਅੱਲਾ ਦੇ ਨਾਂ ਤੇ ਦੱਸਾ ਦਹਾੜੀ ਚਿੱਟੀ ਕਿਉਂ ਹੋ ਗਈ ਐ ਆਦਾ ਚਾਚਾ ਕਿਆ ਦੱਸਾ ਵਾ ਨਿੱਠੀ ਮਾਂ ਤੁਰ ਦੀ ਵਾ ਓ ਬੇਗਰ ਤੋਂ ਵਿੱਚ ਆ ਮਾਂ